ਜਗਰਾਓਂ ਵਿੱਚ ਬਿਜਲੀ ਬੋਰਡ ਦੇ ਅਧਿਕਾਰੀਆਂ ਦੁਆਰਾ ਲਾਪਰਵਾਹੀ ਕਰਕੇ ਇੱਕ ਵਿਅਕਤੀ ਨੂੰ ਪਿਛਲੇ 6 ਸਾਲ ਤੋਂ ਉਸਦੀ ਦੁਕਾਨ ਵਿੱਚ ਮੀਟਰ ਦੇ ਕੰਮ ਨੂੰ ਲੈ ਕੇ ਉਲਝਾਇਆ ਜਾ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਸਿਧਾਵਾਂ ਬੇਟ ਰੋਡ ਦੇ ਨਜ਼ਦੀਕ ਰਹਿਣ ਵਾਲੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਪਰੇਸ਼ਾਨੀ ਵਿੱਚ ਹੈ ਕਿਉਂਕਿ ਉਸ ਨੂੰ 6 ਸਾਲ ਤੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਦੁਆਰਾ ਲਾਪਰਵਾਹੀ ਦਿਖਾਈ ਜਾ ਰਹੀ ਹੈ। ਜਗ੍ਹਾ ਲੱਗ ਗਿਆ ਸੀਗਾ, ਉਹਦਾ ਵੀ ਇਹਦਾ ਕੇਸ ਸੀਗਾ। ਇਸ ਪਰਸਨ ਨੇ ਸਾਡੇ ਮਹਿਕਮੇ ਦੇ ਕੋਲ ਵੀ ਕੰਪਲੇਂਟ ਕੀਤੀ ਸੀਗੀ, ਤਾਂ ਉਹਦੇ 'ਤੇ ਸਾਡੀ ਪ੍ਰੋਪਰ ਇਨਕੁਆਇਰੀ ਹੋਈ ਹੈ। ਸਾਡੇ ਟੈਕਨੀਕਲ ਆਡਿਟ ਦਾ ਵਿੰਗ ਬਣਿਆ ਹੋਇਆ ਲੁਧਿਆਣੇ ਤੋਂ, ਐਕਸਚੇਂਜ ਸਾਹਿਬ, ਉਹਨਾਂ ਨੇ ਇਨਕੁਆਇਰੀ ਕੀਤੀ ਹੈ। ਅਤੇ ਉਹਦੇ 'ਚ ਦੇਖੋ ਕੁਛ ਮਹਿਕਮੇ ਦੇ ਐਂਡ ਤੋਂ ਕੁਛ ਉਹਦੇ 'ਚ ਗਲਤੀਆਂ ਪਾਈਆਂ ਗਈਆਂ। ਅਤੇ ਉਹਦੇ 'ਚ ਜੋ ਜਿਸ ਵਿਅਕਤੀ ਨੂੰ ਜੋ ਪੈਨਲਾਈਜ਼ ਕਰਨਾ ਬਣਦਾ ਸੀ ਇਨਕੁਆਇਰੀ ਹੋਣ ਉਪਰੰਤ, ਉਹਦੇ ਸਾਰੇ ਡਿਸੀਜਨ ਹੋ ਗਏ ਨੇ ਜੀ। ਅਤੇ ਗਲਤ ਨਾਂ ਦੇ ਉੱਪਰ ਮੀਟਰ ਲੱਗ ਗਿਆ ਸੀਗਾ। ਉਹਦੇ 'ਚ ਜੋ ਮੌਕੇ ਦੇ ਉਸ ਸਮੇਂ ਉਪਮੰਡਲ ਅਫਸਰ ਸੀਗੇ, ਉਹਨਾਂ ਦੀ ਇੱਕ ਇੰਕਰੀਮੈਂਟ ਬੰਦ ਹੋਈ ਹੈ। ਜੋ ਉੱਥੇ ਡੀਲਿੰਗ ਹੈਂਡ ਕਲਰਕ ਸੀ, ਹੈਡ ਆਪਣੇ LDC ਹੁੰਦੇ ਨੇ ਜੀ, ਉਹਨਾਂ ਦੀਆਂ 2 ਇੰਕਰੀਮੈਂਟਾਂ ਬੰਦ ਹੋਈਆਂ ਨੇ, ਅਤੇ ਨਾਲ ਕੁਛ ਉਹਨਾਂ ਤੋਂ ਰਿਕਵਰੀਆਂ ਵੀ ਕਰਨ ਦੇ ਫੈਸਲੇ ਹੋਏ ਨੇ ਜੀ। ਉਹਦੇ 'ਚ ਇਹਨਾਂ ਨੂੰ ਪੂਰਾ ਇਨਸਾਫ ਦਿੱਤਾ ਗਿਆ ਜੀ, ਅਤੇ ਜੋ ਮਹਿਕਮੇ ਦੇ ਦੋਸ਼ੀ ਕਰਮਚਾਰੀ ਸੀਗੇ ਉਹਨਾਂ ਦੇ ਖਿਲਾਫ਼ ਕਾਰਵਾਈ ਹੋ ਚੁੱਕੀ ਹੈ ਉਹਦੇ 'ਚ। ਹਾਂ, ਉਹਦੇ 'ਚ ਲਾਪਰਵਾਹੀ ਹੋਣ ਕਰਕੇ ਜੀ ਜੋ ਸਾਡੇ ਅਸੀਂ ਆਪਣੇ ਇੰਪਲੋਈ ਨੇ ਉਹਨਾਂ 'ਤੇ ਐਕਸ਼ਨ ਲਿਆ ਜੀ, ਉਹਦੇ 'ਤੇ ਪ੍ਰੋਪਰ ਇਨਕੁਆਇਰੀ ਹੋਈ ਹੈ ਜੀ। ਈਵਨ ਜੋ ਪ੍ਰਦੀਪ ਸਿੰਘ ਉਹਨਾਂ ਨੇ RTI 'ਚ ਵੀ ਇਨਫੋਰਮੇਸ਼ਨ ਮੰਗੀ ਹੈ ਜੀ, ਮਹਿਕਮੇ ਨੇ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ, ਉਹਨਾਂ ਨੂੰ RTI ਦੇ ਵਿੱਚ ਅਸੀਂ ਕੋਈ ਪੱਖ ਲੁਕੋਇਆ ਨਹੀਂ ਜੀ। ਜੋ ਦੇਖੋ ਹਾਂਜੀ, ਸਾਡੇ ਐਂਡ ਤੋਂ ਦੇਖੋ ਜੋ ਇੰਕਰੀਮੈਂਟ ਸੀਗੇ ਉਹਨਾਂ ਦੇ ਐਕਸ਼ਨ ਹੋਣੇ ਸੀ ਉਹ ਸਾਡੇ ਵੱਲੋਂ ਹੋ ਚੁੱਕੇ ਨੇ ਜੀ। ਅਤੇ ਹੁਣ ਅੱਗੇ ਅਪੀਲ ਦਾ ਪ੍ਰੋਸੈਸ ਹੁੰਦਾ, ਹਰ ਇੱਕ ਮਹਿਕਮੇ ਦਾ ਸਿਸਟਮ ਹੈ, ਠੀਕ ਹੈ। ਜੇ ਹੁਣ ਅੱਗੇ ਜਿਹਨਾਂ 'ਤੇ ਐਕਸ਼ਨ ਹੋਏ ਨੇ ਉਹ ਅੱਗੇ ਅਪੀਲ ਕਰਨਗੇ ਜੀ, ਅਤੇ ਅਦਰਵਾਈਜ਼ ਤਾਂ ਉਹਨਾਂ ਦੀਆਂ ਰਿਕਵਰੀਆਂ ਸਾਡੇ ਵੱਲੋਂ ਤਾਂ ਹੋ ਚੁੱਕੀਆਂ ਨੇ ਜੀ। ਕਿਹੜੇ ਜੀ? ਨਹੀਂ, ਉਹਨਾਂ ਦਾ ਜੋ ਇਨਕੁਆਇਰੀ ਦੇ ਵਿੱਚ ਉਹਨਾਂ ਦਾ ਕੋਈ ਜ਼ਿਕਰ ਨਹੀਂ ਆਇਆ ਜੀ। ਬਿਆਨ ਹੋਏ ਨੇ ਉਹਨਾਂ ਦੇ, ਪਰ ਇਨਕੁਆਇਰੀ ਦੇ ਵਿੱਚ ਉਹਨਾਂ ਨੂੰ ਲਾਸਟ 'ਤੇ ਕੋਈ ਦੋਸ਼ੀ ਨਹੀਂ ਮਿਲਿਆ ਗਿਆ ਜੀ। ਸਾਡੀ ਇੱਕ ਦੁਕਾਨ ਸਿਧਾਵੇ ਰੋਡ 'ਤੇ ਜਗਰਾਓਂ ਲਖਵੀਰ ਸਿੰਘ ਨੂੰ ਗਹਿਣੇ ਲਿਖਾਈ ਸੀ, ਜੋ ਕਿ 5 ਸਾਲ ਵਾਲਾ ਬਿਜਲੀ ਬੋਰਡ ਲਖਵੀਰ ਸਿੰਘ ਨੇ ਉਹਦਾ ਬਿੱਲ ਨਹੀਂ ਭਰਾਇਆ, ਮੀਟਰ ਦਾ ਸਮੇਤ ਮੀਟਰ ਲਿਖਾਈ ਸੀ। ਉਹ ਬਿਜਲੀ ਬੋਰਡ ਨੇ ਇਹਨਾਂ ਨੇ ਕਬਜ਼ਾ ਕਰਾਉਣ ਦੀ ਨੀਯਤ ਨਾਲ ਸਾਡੇ ਵਾਲੇ ਨਾਮ ਦਾ ਜਿਹੜਾ ਮੀਟਰ ਸੀ ਉਹਦੀ ਡਿਫਾਲਟ ਅਮਾਊਂਟ ਕਿਸੇ ਟਾਵਰ ਦੇ ਖਾਤੇ 'ਚ ਪਾ ਦਿੱਤੀ, ਅਤੇ ਲਖਵੀਰ ਸਿੰਘ ਦੇ ਨਾਂ 'ਤੇ ਨਵਾਂ ਮੀਟਰ ਲਾਤਾ। ਜਿਹੜਾ ਲਖਵੀਰ ਸਿੰਘ ਦੇ ਨਾਂ 'ਤੇ ਨਵਾਂ ਮੀਟਰ ਲਾਇਆ ਉਹ 'ਚ ਲਖਵੀਰ ਸਿੰਘ ਦੇ ਫਾਈਲ ਦੇ ਵਿੱਚ ਹੈ ਨਹੀਂ ਅਨਕੰਪਲੀਟ ਫਾਈਲ 'ਤੇ ਮੀਟਰ ਲਾ ਦਿੱਤਾ ਗਿਆ। ਚਲੋ ਜੀ, ਅਸੀਂ ਉਹਦਾ RTI ਐਕਟ ਉਹਦਾ ਰਿਕਾਰਡ ਲਿਆ, ਅਤੇ ਅਸੀਂ ਉਹਦਾ ਪਟਿਆਲੇ ਸ਼ਿਕਾਇਤਾਂ ਵੀ ਕੀਤੀਆਂ, ਉਹਦੀ ਬਕਾਇਦਾ ਇਨਕੁਆਇਰੀ ਵੀ ਲੱਗੀ, ਅਤੇ ਉਸ ਤੋਂ ਬਾਅਦ ਅਸੀਂ ਉਹਨੂੰ ਕਾਨੂੰਨੀ ਤਰੀਕੇ ਨਾਲ ਦਰਖਾਸਤ ਦੇ ਕੇ ਕਟਾ ਦਿੱਤਾ ਜੀ, ਜਿਹੜਾ ਅਨਕੰਪਲੀਟ ਫਾਈਲ 'ਤੇ ਮੀਟਰ ਲੱਗਿਆ ਜੀ। ਅਤੇ ਉਹ 7 ਮਹੀਨੇ ਬਾਅਦ ਧਰਮਪਾਲ ਐਕਸੀਅਨ ਨੇ ਕੱਟਿਆ ਹੋਇਆ ਮੀਟਰ ਦੁਬਾਰਾ ਫਿਰ ਚਾਲੂ ਕਰਵਾ ਦਿੱਤਾ, ਜੋ ਕਿ ਗੈਰ ਕਾਨੂੰਨੀ ਸੀਗਾ। ਉਸ ਬਿਜਲੀ ਮਹਿਕਮੇ ਜਿਹੜੀ ਇਨਕੁਆਇਰੀ ਲੱਗੀ ਸੀ ਉਹਨਾਂ 'ਤੇ, ਇਹਨਾਂ 'ਤੇ ਕੁਛ ਮੁਲਾਜ਼ਮਾਂ 'ਤੇ ਕਾਰਵਾਈ ਵੀ ਹੋਈ ਆ, ਔਰ ਬਬਲਾ ਜਾਈ ਆ ਜਿਹੜਾ ਅਤੇ ਐਕਸੀਅਨ ਧਰਮਪਾਲ ਆ, ਇਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਇਹ ਵੀ ਇਹਨਾਂ ਨੇ ਪੂਰੀ ਇਹਨਾਂ ਨੇ ਕਬਜ਼ਾ ਕਰਵਾਉਣ ਦੀ ਉਹਨਾਂ ਦੀ ਮਦਦ ਕੀਤੀ ਲਖਵੀਰ ਸਿੰਘ ਦੀ ਦੁਕਾਨ 'ਤੇ, ਅਤੇ ਕਈ ਕਰਮਚਾਰੀ ਜਿਹੜੇ ਉਹਨਾਂ ਦੇ ਚਾਰਜਸ਼ੀਟ ਵੀ ਹੋਏ ਆ ਬਿਜਲੀ ਬੋਰਡ ਦੇ, ਅਤੇ ਮੈਂ ਚਾਹੁੰਦਾ ਵੀ ਜਿਹੜੇ ਰਹਿ ਗਏ ਆ ਉਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ, ਜਿਹੜੇ ਮੁਲਾਜ਼ਮ ਇਹਦੇ 'ਚ ਦੋਸ਼ੀ ਪਾਏ ਆ। ਮੈਂ ਇਹਨਾਂ ਦੀ ਕਾਰਵਾਈ ਤੋਂ ਬਿਲਕੁਲ ਸੰਤੁਸ਼ਟ ਨਹੀਂ ਗਾ ਜੀ, ਕਿਉਂਕਿ ਬਬਲਾ ਜਈ ਆ ਕਿ ਜਈ ਨੇ ਉਹਦੇ ਐਸਟੀਮੇਟ ਲਾਉਣਾ ਹੁੰਦਾ, ਜਈ ਦੇ ਅਨਕਲੀਟ ਜਿਹੜੀ ਫਾਈਲ ਆ ਉਹਦੇ ਵਿੱਚ ਸੈਨ ਆ, ਇਹਨਾਂ ਨੇ ਤਬਦੀਲੀ ਦੇ ਵਿੱਚ ਜਈ ਨੂੰ ਬਾਹਰ ਹੀ ਕੱਢ ਦਿੱਤਾ, ਨਾ ਹੀ ਉਹਦੇ ਧਰਮਪਾਲ ਐਕਸੀਅਨ ਦਾ ਜ਼ਿਕਰ ਆ ਜੀ। ਕਿਰਪਾ ਕਰਕੇ ਮੈਂ ਚਾਹੁੰਦਾ ਵੀ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੋਨਾਂ 'ਤੇ।